ਤੇਈ ਪ੍ਰਕਾਸ਼ ਹਮਾਰਾ ਭਇਓ ਪਟਨਾ ਸਾਹਿਬ ਵਿਖੇ ਭਵਲ ਹੋਏ। ਅੱਜ ਦੇ ਦਿਨ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹੀ ਦਾ ਪਟਨਾ ਸਾਹਿਬ ਦੀ ਧਰਤੀ ਦੇ ਉੱਥੇ ਜਨਮ ਹੋਇਆ। ਉੱਥੇ ਵੀ ਸੰਗਤਾਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾ ਰਹੀਆਂ ਨੇ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਤੋਂ ਨਤਮਸਤਕ ਹੋ ਰਹੀਆਂ ਨੇ ਔਰ ਬਾਬਾ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾ ਰਹੀਆਂ ਨੇ ਔਰ ਲੋਕਿੰਗ ਨਜ਼ਾਰਾ ਦੇਖਣ ਨੂੰ ਮਿਲਿਆ। ਸਵੇਰੇ ਮਾਰਨਿੰਗ ਟਾਈਮ 9 ਤੋਂ 12 ਜਲੋਸ ਜਾਏ ਗਏ ਔਰ ਈਵਨਿੰਗ ਟਾਈਮ ਬਹੁਤ ਸ਼ਾਮ ਦਾ ਜੋ ਟਾਈਮ ਹੁੰਦਾ ਹੈ ਔਰ ਰਹਿਰ ਆਸਤ ਉਪਰੰਤ ਲੋਕੀ ਨਜ਼ਾਰਾ ਆਸਤ ਭਾਜੀ ਦਾ ਦੇਖਣ ਨੂੰ ਮਿਲਿਆ। ਫੁੱਲ ਚਣੀਆਂ ਵਾਂਗ ਦੇਖਣ ਨੂੰ ਮਿਲਿਆ ਆਸਤ ਭਾਜੀ ਦਾ ਲੋਕੀ ਨਜ਼ਾਰਾ ਔਰ ਦੇਸੀ ਘਿਓ ਦੇ ਦੀਵੇ ਜਗਾਏ ਗਏ ਪ੍ਰਕਰਮਾ ਦੇ ਵਿੱਚ ਔਰ ਮੀਂਹ ਦੇ ਹੋਣ ਕਾਰਨ ਵੀ ਸੰਗਤਾਂ ਵਿੱਚ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ। ਸਭ ਸੰਗਤਾਂ ਨੂੰ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਰਕ ਪ੍ਰਕਾਸ਼ ਗਰੁੱਪ ਦੀਆਂ ਬੇਨਤ ਬਿੰਦ ਵਧਾਈਆਂ ਹਨ ਔਰ ਇਹੋ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹੁੰਦਾ। ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਬਾਣੀ ਬਾਣੀ ਦੇ ਧਾਰਨ ਵੱਲੋਂ ਇਸ ਵਿੱਚ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਇਹ ਹੋਈ ਹੈ ਕਿ ਜਿਹੜੀ ਆਉਣ ਵਾਲੀ ਜਿਹੜੀ ਭਿਆਨਕ ਬਿਮਾਰੀ ਚੱਲ ਰਹੀ ਹੈ ਕਰੋਨਾ ਵਾਇਰਸ, ਵੈਸੇ ਤਾਂ ਇੱਥੇ ਗੁਰੂ ਰਾਮਦਾਸ ਜੀ ਦੇ ਘਰ ਆਈਏ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਭੰਜਣ ਤੇਰਾ ਨਾਮ, ਆਠ ਪੈਰ ਅਰਾਦੀ ਹੈ ਪੂਰਨ ਸਤਿਗੁਰੂ ਨਾਲ। ਗੁਰੂ ਰਾਮਦਾਸ ਦੇ ਸਰੋਵਰ 'ਚ, ਗੁਰੂ ਰਾਮਦਾਸ ਜੀ ਸਰੋਵਰ 'ਚ ਇਸ਼ਨਾਨ ਕਰੀਏ, ਬੇਅੰਤ ਬੇਅੰਤ ਪਿਆਪ ਦੂਰ ਹੋ ਜਾਂਦੇ। ਸੋ ਵਾਹਿਗੁਰੂ ਜੀ ਦੇ ਗੁਰਪੁਰਬ ਦੀ ਬੇਅੰਤ ਬਿੰਦ ਵਧਾਈ ਹੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ 'ਤੇ ਅਸੀਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ, ਬਹੁਤ ਵਧੀਆ ਲੱਗਿਆ ਜੀ। ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ, ਆਸ਼ਤਬਾਜੀ ਚੱਲੀ, ਬੱਚਿਆਂ ਨੂੰ ਬਹੁਤ ਆਨੰਦ ਆਇਆ, ਬਹੁਤ ਵਧੀਆ ਲੱਗਿਆ ਜੀ। ਇੱਥੇ ਆ ਕੇ ਸਾਨੂੰ ਬਹੁਤ ਆਨੰਦ ਆਇਆ ਜੀ, ਅਸੀਂ ਰਿਸ਼ਤੇਦਾਰ ਵੀ ਸਾਡੇ ਨਾਲ ਆਏ ਹੋਏ ਨੇ, ਸਾਨੂੰ ਬਹੁਤ ਵਧੀਆ ਲੱਗਿਆ ਜੀ। ਬਹੁਤ ਕੀ ਅਰਦਾਸ ਕਰਦੇ ਅਸੀਂ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਵੀ ਸਭਨਾਂ ਦੇ ਕਾਰਜ ਰਾਸ ਕਰੋ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੋ, ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ, ਆਪਣੇ ਨਾਲ ਜੋੜ ਕੇ ਰੱਖੋ ਜੀ, ਸਾਰੀ ਦੁਨੀਆ ਦਾ ਮਾਲ ਮਨੁੱਖੀ ਸਭਨਾਂ ਦਾ ਭਲਾ ਕਰੋ। ਵਾਹਿਗੁਰੂ ਜੀ, ਗੁਰੂ ਮਹਾਰਾਜ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੋਲਡਨ ਟੈਂਪਲ ਆ ਕੇ ਮੱਥਾ ਟੇਕਿਆ ਜੀ, ਦੇਸੀ ਘਿਓ ਦੇ ਦੀਵੇ ਬਲਦੇ ਵੇਖੇ ਨੇ ਜੀ, ਅਤੇ ਦੀਪਮਾਲਾ ਦਾ ਤਾਂ ਬਹੁਤ ਹੀ ਮਨ ਨੂੰ ਆਨੰਦ ਮਿਲਿਆ ਜੀ। ਸੋ ਅਸੀਂ ਇੰਨੇ ਪ੍ਰਸੰਨ ਹੋਏ ਹਾਂ ਕਿ ਹਰ ਇੱਕ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਹਰ ਪ੍ਰਕਾਸ਼ ਪੁਰਬ 'ਤੇ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਨੂੰ ਬਹੁਤ ਹੀ ਆਨੰਦ ਆਇਆ, ਬਹੁਤ ਹੀ ਪ੍ਰਸੰਸਾ ਮਿਲੀ ਹੈ ਜੀ, ਅਤੇ ਚੜ੍ਹਦਾ ਸਾਰਾ ਅਰਗ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਖੁਰੀਆ ਭਾਇਆ ਚੜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਤਿਸ਼ਬਾਜ਼ੀ ਦੇ ਨਜ਼ਾਰੇ ਜੀ ਵੇਖਣ ਯੋਗਾ ਹਨ, ਮਹਾਰਾਜ ਦੀ ਕਿਰਪਾ ਨਾਲ ਜੀ ਅੱਧਾ ਘੰਟਾ ਪੂਰੀ ਆਤਿਸ਼ਬਾਜ਼ੀ ਚੱਲੀ ਹੈ ਜੀ, ਬਿੰਤ ਪ੍ਰਕਾਰ ਦੇ ਪਟਾਕੇ ਚੱਲੇ ਨੇ ਅਤੇ ਸਾਧ ਸੰਗਤ ਨੇ ਬਿੰਤ ਪ੍ਰਕਾਰ ਦਾ ਮਜ਼ਾ ਲਿਆ ਜੀ। ਅਸੀਂ ਇਸੇ ਗੱਲ ਕਰਕੇ ਕਹਿੰਦੇ ਗੁਰੂ ਰਾਮਦਾਸ ਦੇ ਘਰ ਆਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ। ਅਸੀਂ ਇਹੀ ਅਰਦਾਸ ਬੇਨਤੀ ਕੀਤੀ ਕਿ ਚੜ੍ਹਦਾ ਸਾਲ ਜੋ ਵੀ 2021 ਗਿਆ ਦੁੱਖਾਂ ਦਲਿੱਦਰਾਂ ਦਾ ਅਤੇ ਚੜ੍ਹਦਾ ਸਾਲ 2022 ਆਇਆ ਜੀ, ਹਰ ਇੱਕ 'ਤੇ ਖੁਸ਼ੀਆਂ ਭਰਿਆ ਚੜ੍ਹੇ, ਹਰ ਇੱਕ ਨੂੰ ਖੁਸ਼ੀਆਂ ਮਿਲਣ, ਕਿਉਂਕਿ ਗੁਰੂ ਰਾਮਦਾਸ ਜੀ ਦੇ ਘਰ ਡਿੱਠੇ ਸਵੇ ਥਾਓ ਨਹੀਂ ਤੁਧ ਅਜਿਹਾ, ਘਰ ਸੁੱਖ ਵਸਿਆ ਅਤੇ ਵਾਰ ਸੁੱਖ ਪਾਇਆ। ਗੁਰੂ ਮਹਾਰਾਜ ਘਰ ਆਓ, ਹਰ ਇੱਕ ਪ੍ਰਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।